ਡੌਨਸ ਵੱਲ ਕਰਦੇ ਹਨ ਕੀ ਇਹ ਪੁਕਾਰ ਐਟਲੈਂਟਿਸ ਦੇ ਤਕਨੀਕੀ ਰੂਪ ਨਾਲ ਉન્નਤ ਹੋਣ ਤੋਂ ਪਹਿਲਾਂ ਕੀਤੀ ਗਈ ਸੀ ਰਾ ਨੇ ਕਿਹਾ ਇਹ ਬੁਨਿਆਦੀ ਤੌਰ ਤੇ ਸਹੀ ਹੈ ਡੌਨ ਨੇ ਪੁੱਛਿਆ ਕੀ ਇਸ ਪੁਕਾਰ ਦੇ ਕਾਰਨ ਐਟਲੈਂਟਿਸ ਦੀ ਤਕਨੀਕੀ ਉન્નਤੀ ਹੋਈ ਸੀ ਮੈਂ ਕਹਿ ਰਿਹਾ ਹਾਂ ਕਿ ਉਹਨਾਂ ਦੀ ਪੁਕਾਰ ਦਾ ਜਵਾਬ ਇੱਕ ਦੇ ਕਾਨੂੰਨ ਅਤੇ ਪਿਆਰ ਦੇ ਕਾਨੂੰਨ ਨੂੰ ਲਿਆਉਣ ਲਈ ਕੀਤਾ ਗਿਆ ਸੀ ਪਰ ਬਾਅਦ ਵਿੱਚ ਉਹਨਾਂ ਨੂੰ ਤਕਨੀਕੀ ਜਾਣਕਾਰੀ ਵੀ ਮਿਲ ਗਈ ਸੀ ਜਿਸ ਕਾਰਨ ਉਹ ਐਨੇ ਉੱਚ ਤਕਨੀਕੀ ਸਮਾਜ ਦੇ ਰੂਪ ਵਿੱਚ ਵਿਕਸਿਤ ਹੋਏ ਸਨ ਰਾਹ ਨੇ ਕਿਹਾ ਅਜਿਹਾ ਪਹਿਲੀ ਵਾਰ ਵਿੱਚ ਨਹੀਂ ਹੋਇਆ ਸੀ ਉਸੇ ਵੇਲੇ ਜਦ ਅਸੀਂ ਪਹਿਲੀ ਵਾਰ ਮਿਸਰ ਦੇ ਅਸਮਾਨਾਂ ਵਿੱਚ ਵਿਖਾਈ ਦਿੱਤੇ ਫਿਰ ਅਸੀਂ ਵਿਖਦੇ ਹੀ ਰਹੇ ਮਹਾਸੰਗ ਦੀਆਂ ਹੋਰ ਇਕਾਈਆਂ ਐਟਲੈਂਟਿਸ ਵਿੱਚ ਵੀ ਦਿਖਾਈ ਦਿੱਤੀਆਂ ਕਿਉਂਕਿ ਉਹ ਉਸ ਵਕਤ ਦਾਰਸ਼ਨਿਕ ਸਮਝ ਦੀ ਪੱਧਰ ਤੱਕ ਪਹੁੰਚ ਗਏ ਸਨ ਜੋ ਇਕਤਾ ਦੇ ਰਾਜ ਵਿੱਚ ਅਭਿਆਸ ਨੂੰ ਉਤਸ਼ਾਹਿਤ ਕਰਨ ਤੇ ਪ੍ਰੇਰਿਤ ਕਰਨ ਦੇ ਲਈ ਸੰਚਾਰ ਦੇ ਨਾਲ ਇੱਕ ਸੂਰ ਵਿੱਚ ਸਨ ਹਾਲਾਂਕਿ ਇਲਾਜ ਅਤੇ ਹੋਰ ਸਮਝ ਲਈ ਵੀ ਬੇਨਤੀ ਕੀਤੀ ਜਾ ਰਹੀ ਸੀ ਇਸ ਲਈ ਕ੍ਰਿਸਟਲਾਂ ਦੀ ਜਾਣਕਾਰੀ ਉਹਨਾਂ ਨੂੰ ਦਿੱਤੀ ਗਈ ਅਤੇ ਪਿਰਾਮਿਡਾ ਦੇ ਨਿਰਮਾਣ ਦੇ ਨਾਲ ਨਾਲ ਮੰਦਰਾਂ ਦਾ ਨਿਰਮਾਣ ਵੀ ਕੀਤਾ ਗਿਆ ਸੀ ਜਿਸ ਦਾ ਸੰਬੰਧ ਸਿਖਲਾਈ ਮਤਲਬ ਟ੍ਰੇਨਿੰਗ ਤੋਂ ਸੀ ਡੌਨ ਨੇ ਪੁੱਛਿਆ ਕੀ ਇਹ ਸਿਖਲਾਈ ਉਮੀਦ ਹੀ ਸੀ ਜਿਵੇਂ ਸ਼ੁਰੂਆਤੀ ਸਿਖਲਾਈ ਸੀ ਜਿਵੇਂ ਕਿ ਮਿਸਰ ਦੇ ਲੋਕਾਂ ਨਾਲ ਹੋਇਆ ਕਰਦੀ ਸੀ ਰਾਹ ਨੇ ਕਿਹਾ ਇਹ ਸਿਖਲਾਈ ਇਸ ਮਾਮਲੇ ਵਿੱਚ ਵੱਖਰੀ ਸੀ ਕਿ ਉਹਨਾਂ ਦਾ ਸਮਾਜ ਬਧੇਰੇ ਵਿਕਾਸਸ਼ੀਲ ਸੀ ਅਤੇ ਉਹਨਾਂ ਦੇ ਸੋਚਣ ਦੇ ਤਰੀਕੇ ਵਿੱਚ ਘੱਟ ਵਿਰੋਧਾਪਾਸ ਤੇ ਡਰ ਸੀ ਇਸ ਲਈ ਮੰਦਿਰ ਸਿੱਖਣ ਦੇ ਮੰਦਿਰ ਸਨ بجائے ਕਿ ਇਲਾਜ ਕਰਨ ਵਾਲਿਆਂ ਨੂੰ ਪੂਰੀ ਤਰ੍ਹਾਂ ਵੱਖ ਕਰਕੇ ਆਸਣ ਤੇ ਬਿਠਾ ਦਿੱਤਾ ਜਾਵੇ ਯਾਨੀ ਕਿ ਹੀਲਰਸ ਨੂੰ ਹੀ ਸਭ ਕੁਝ ਬਣਾ ਦਿੱਤਾ ਜਾਵੇ। ਡੌਨ ਨੇ ਪੁੱਛਿਆ ਕਿ ਇਨ੍ਹਾਂ ਮੰਦਰਾਂ ਵਿੱਚ ਪੁਜਾਰੀ ਸਨ ਜੋ ਇਨ੍ਹਾਂ ਇਨ੍ਹਾਂ ਵਿੱਚ ਸਿਖਲਾਈ ਪ੍ਰਾਪਤ ਸਨ। ਰਾਣੇ ਕਿਹਾ ਤੁਸੀਂ ਉਨ੍ਹਾਂ ਨੂੰ ਬ੍ਰਹਮਚਾਰੀਆਂ ਆਗਿਆਕਾਰੀ ਜਾਂ ਦਰਿਦ੍ਰਤਾ ਦੇ ਅਰਥ ਵਿੱਚ ਪੁਜਾਰੀ ਨਹੀਂ ਕਹੋਗੇ। ਉਹ ਸਿਰਫ ਸਿੱਖਣ ਲਈ ਸਮਰਪਿਤ ਲੋਕਾਂ ਦੇ ਅਰਥ ਵਿੱਚ ਪੁਜਾਰੀ ਸਨ। ਮੁਸ਼ਕਿਲਾਂ ਤੱਦ ਹੋਣ ਲੱਗੀਆਂ ਜਦ ਕ੍ਰਿਸਟਲ ਦੀ ਸ਼ਕਤੀਆਂ ਦੀ ਵਰਤੋਂ ਸਿੱਖਣ ਵਿੱਚ ਪਰੰਗਤ ਲੋਕਾਂ ਨੇ ਹੀਲਿੰਗ ਤੋਂ ਇਲਾਵਾ ਹੋਰ ਤਰੀਕਿਆਂ ਵਿੱਚ ਵੀ ਕਰਨਾ ਸ਼ੁਰੂ ਕਰ ਦਿੱਤਾ ਕਿਉਂਕਿ ਉਹ ਨਾ ਸਿਰਫ ਸਿੱਖਣ ਦੇ ਨਾਲ ਜੁੜੇ ਸਨ ਬਲਕਿ ਸਰਕਾਰੀ ਢਾਂਚੇ ਨਾਲ ਵੀ ਜੁੜੇ ਹੋਏ ਸਨ ਡੌਰ ਨੇ ਪੁੱਛਿਆ ਕਿ ਉਹਨਾਂ ਨੂੰ ਇਹ ਸਾਰੀ ਜਾਣਕਾਰੀਆਂ ਉਸੇ ਤਰ੍ਹਾਂ ਦਿੱਤੀਆਂ ਗਈਆਂ ਸੀ ਜਿਸ ਤਰ੍ਹਾਂ ਹੁਣ ਤੁਸੀਂ ਸਾਨੂੰ ਜਾਣਕਾਰੀਆਂ ਦੇ ਰਹੇ ਹੋ ਇਸ ਉਪਕਰਣ ਦੇ ਨਾਲ ਜਿਵੇਂ ਕਿ ਕਾਰਲਾ ਰਾਹ ਨੇ ਕਿਹਾ ਵਕਤ-ਵਕਤ ਨਾਲ ਮੁਲਾਕਾਤਾਂ ਹੁੰਦੀਆਂ ਰਹੀਆਂ ਹਨ ਪਰ ਤੁਹਾਡੇ ਸਥਾਨ ਸਮੇਂ ਨਿਰੰਤਰਤਾ ਵਿੱਚ ਇਨ੍ਹਾਂ ਇਤਿਹਾਸਿਕ ਘਟਨਾਵਾਂ ਦਾ ਕੋਈ ਮਹੱਤਵ ਨਹੀਂ ਹੈ ਡੌਨ ਨੇ ਫਿਰ ਪੁੱਛਿਆ ਇਨ੍ਹਾਂ ਮੁਲਾਕਾਤਾਂ ਲਈ ਇੱਕ ਸਮਾਯੋਜਿਤ ਸਮਾਜ ਦਾ ਹੋਣਾ ਜ਼ਰੂਰੀ ਸੀ ਮੁਲਾਕਾਤ ਲਈ ਕਿਹੜੀਆਂ-ਕਿਹੜੀਆਂ ਸ਼ਰਤਾਂ ਜ਼ਰੂਰੀ ਸਨ ਰਾਹ ਨੇ ਕਿਹਾ ਦੋ ਸ਼ਰਤਾਂ ਸਨ ਜਿੰਨੇ ਵੀ ਲੋਕ ਇੱਕ ਸਮੂਹ ਵਿੱਚ ਬੁਕਾਰ ਲਗਾ ਰਹੇ ਹਨ ਉਨ੍ਹਾਂ ਦੀ ਸੰਖਿਆ ਦਾ ਵਰਗ ਉਨ੍ਹਾਂ ਲੋਕਾਂ ਤੋਂ ਜ਼ਿਆਦਾ ਹੋਣਾ ਚਾਹੀਦਾ ਹੈ ਜਿਨ੍ਹਾਂ ਵਿੱਚ ਲੱਭਣ ਦੀ ਤੇ ਸਿੱਖਣ ਦੀ ਇੱਛਾ ਨਾ ਹੋਵੇ ਦੂਜੀ ਸ਼ਰਤ ਇਹ ਹੈ ਕਿ ਮਹਾਸੰਗ ਦੇ ਮੈਂਬਰਾਂ ਦਾ ਭੋਲਾਪਨ ਜਿਨ੍ਹਾਂ ਨੇ ਮਹਿਸੂਸ ਕੀਤਾ ਹੈ ਕਿ ਸੂਚਨਾ ਦੀ ਸਿੱਧੀ ਬਦਲੀ ਜ਼ਰੂਰੀ ਰੂਪ ਨਾਲ ਐਟਲੈਂਟਿਸ ਦੇ ਲਈ ਉਨਿਹੀ ਸਹਾਇਕ ਹੋਵੇਗੀ ਜਿੰਨੇ ਕਿ ਮਹਾਸੰਗ ਦੀ ਇਕਾਈ ਦੇ ਲਈ ਸੀ ਡੌਨ ਨੇ ਕਿਹਾ ਅੱਛਾ ਤੁਸੀਂ ਇਹ ਕਹਿ ਰਹੇ ਹੋ ਕਿ ਇਨਾਪੋਲੇ ਪਾਲੇ ਮਹਾਸੰਗ ਦੀਆਂ ਇਕਾਈਆਂ ਦੇ ਨਾਲ ਵੀ ਅਤੀਤ ਵਿੱਚ ਐਵੇਂ ਹੀ ਹੋਇਆ ਸੀ ਇਸ ਲਈ ਉਹ ਐਟਲੈਂਟਿਸ ਦੀ ਇਕਾਈਆਂ ਦੇ ਨਾਲ ਵੀ ਇਹੀ ਕੰਮ ਕਰ ਰਹੇ ਸਨ ਕਿ ਇਹ ਸਹੀ ਹੈ ਰਾ ਨੇ ਕਿਹਾ हां ਤੁਸੀਂ ਸਹੀ ਕਹਿ ਰਹੇ ਹੋ ਅਸੀਂ ਤੁਹਾਨੂੰ ਯਾਦ ਕਰਵਾਉਂਦੇ ਹਾਂ ਕਿ ਅਸੀਂ ਵੀ ਉਸ ਮਹਾਸੰਗ ਦੇ ਪੋਲੇ ਪਾਲੇ ਮੈਂਬਰਾਂ ਵਿੱਚੋਂ ਇੱਕ ਹਾਂ ਅਤੇ ਹਾਲੇ ਵੀ ਉਸ ਕਮੀ ਦਾ ਮੁਆਵਜ਼ਾ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਜਿਸ ਦੇ ਲਈ ਅਸੀਂ ਖੁਦ ਨੂੰ ਜ਼ਿੰਮੇਵਾਰ ਮਹਿਸੂਸ ਕਰਦੇ ਹਾਂ ਇਹ ਫਰਜ਼ ਹੋਣ ਦੇ ਨਾਲ-ਨਾਲ ਸਨਮਾਨ ਵੀ ਹੈ ਕਿ ਅਸੀਂ ਤੁਹਾਡੇ ਲੋਕਾਂ ਦੇ ਨਾਲ ਲਗਾਤਾਰ ਹਾਂ ਜਦ ਤੱਕ ਕਿ ਸਾਡੇ ਸਿੱਖਣ ਤੇ ਸਿਖਾਉਣ ਵਿੱਚ ਜੋ ਵੀ ਗਲਤੀਆਂ ਹੋਈਆਂ ਹਨ ਉਹ ਸਭ ਠੀਕ ਨਾ ਹੋ ਜਾਣ ਅਤੇ ਅਸੀਂ ਸੰਤੁਲਨ ਨੂੰ ਪ੍ਰਾਪਤ ਨਾ ਕਰ ਲਈਏ ਡੌਨ ਨੇ ਪੁੱਛਿਆ ਅੱਛਾ ਐਟਲੈਂਟਿਸ ਦੀ ਹੁਣ ਤੱਕ ਦੀ ਤਸਵੀਰ ਜੋ ਮੈਂ ਸਮਝੀ ਹੈ ਉਸ ਨੂੰ ਦੱਸਾਂਗਾ ਤੁਸੀਂ ਮੈਨੂੰ ਦੱਸ ਸਕਦੇ ਹੋ ਕਿ ਮੈਂ ਸਹੀ ਹਾਂ ਜਾਂ ਨਹੀਂ ਸਾਡੇ ਕੋਲ ਇੱਕ ਅਜੀਹੀ ਸਥਿਤੀ ਹੈ ਜਿੱਥੇ ਐਟਲੈਂਟਿਸ ਦੀ ਇਕਾਈਆਂ ਨੇ ਵੱਡੀ ਗਿਣਤੀ ਵਿੱਚ ਇੱਕ ਦੇ ਕਾਨੂੰਨ ਦੀ ਦਿਸ਼ਾ ਵੱਲ ਜਾਣਾ ਸ਼ੁਰੂ ਕਰ ਦਿੱਤਾ ਸੀ ਅਤੇ ਮਹਾਸੰਗ ਵੱਲੋਂ ਉਹਨਾਂ ਦੀ ਪੁਕਾਰ ਨੂੰ ਸੁਣ ਲਿਆ ਜਾਵੇ ਇਸ ਲਈ ਇੱਕ ਦੇ ਕਾਨੂੰਨ ਨੂੰ ਜੀਣਾ ਸ਼ੁਰੂ ਕਰ ਦਿੱਤਾ ਸੀ ਇਹ ਪੁਕਾਰ ਸੁਣੀ ਗਈ ਕਿਉਂਕਿ ਵਰਗ ਦੇ ਕਾਨੂੰਨ ਦੀ ਵਰਤੋਂ ਕਰਕੇ ਉਹਨਾਂ ਦੀ ਗਿਣਤੀ ਉਹਨਾਂ ਲੋਕਾਂ ਤੋਂ ਵੱਧ ਹੋ ਗਈ ਸੀ ਜੋ ਪੁਕਾਰ ਨਹੀਂ ਕਰ ਰਹੇ ਸਨ ਸਿਰਫ ਮਹਾਸੰਗ ਨੇ ਚੈਨਲਿੰਗ ਰਾਹੀਂ ਸੰਪਰਕ ਕੀਤਾ ਜਿਵੇਂ ਕਿ ਤੁਸੀਂ ਤੇ ਅਸੀਂ ਇਸ ਸੰਪਰਕ ਦਾ ਇਸਤੇਮਾਲ ਕਰ ਰਹੇ ਹਾਂ ਅਤੇ ਉਨ੍ਹਾਂ ਨੇ ਸਿੱਧਾ ਸੰਪਰਕ ਵੀ ਕੀਤਾ ਪਰ ਇਹ ਇੱਕ ਗਲਤੀ ਸਾਬਿਤ ਹੋਈ ਹੈ ਐਟਲੈਂਟਿਸ ਦੀਆਂ ਕੁਝ ਇਕਾਈਆਂ ਨੇ ਇਸ ਦਾ ਦੁਰਉਪਯੋਗ ਕੀਤਾ ਕੀ ਇਹ ਸਹੀ ਹੈ ਰਾ ਨੇ ਕਿਹਾ ਇਹ ਇੱਕ અપਵਾਦ ਨਾਲ ਸਹੀ ਹੈ ਸਿਰਫ ਇੱਕ ਹੀ ਕਾਨੂੰਨ ਹੈ ਤੇ ਉਹ ਹੈ ਇੱਕ ਦਾ ਕਾਨੂੰਨ ਹੋਰ ਬਾਕੀ ਕਾਨੂੰਨ ਤਾਂ ਸਿਰਫ ਇਸ ਕਾਨੂੰਨ ਦੀਆਂ ਖਰਾਬੀਆਂ ਹਨ ਉਹਨਾਂ ਵਿੱਚੋਂ ਕੁਝ ਮੌਲਿਕ ਹਨ ਅਤੇ ਵਿਕਾਸ ਨੂੰ ਸਮਝਣ ਲਈ ਸਭ ਤੋਂ ਮਹੱਤਵਪੂਰਨ ਹਨ ਹਾਲਾਂਕਿ ਇਹ ਚੰਗਾ ਹੈ ਕਿ ਹਰੇਕ ਬਾਕੀ ਕਾਨੂੰਨ ਜਿਸ ਨੂੰ ਅਸੀਂ ਰਸਤਾ ਵੀ ਕਹਿੰਦੇ ਹਾਂ ਨੂੰ ਕਾਨੂੰਨ ਦੀ ਬਜਾਏ ਕਮੀ ਦੇ ਰੂਪ ਵਿੱਚ ਹੀ ਸਮਝਣਾ ਚਾਹੀਦਾ ਹੈ ਇੱਕ ਦੇ ਕਾਨੂੰਨ ਵਿੱਚ ਕੋਈ ਬਹੁਲਤਾ ਨਹੀਂ ਹੈ ਡੌਨ ਨੇ ਇਸ ਸਤਰ ਦਾ ਆਖਰੀ ਸਵਾਲ ਕੀਤਾ ਕਿ ਤੁਸੀਂ ਐਟਲੈਂਟਿਸ ਦੀ ਆਬਾਦੀ ਦਾ ਔਸਤ ਜੀਵਨ ਕਾਲ ਦੱਸ ਸਕਦੇ ਹੋ ਰਾ ਨੇ ਕਿਹਾ ਔਸਤ ਜੀਵਨ ਕਾਲ ਜਿਵੇਂ ਕਿ ਅਸੀਂ ਕਹਿੰਦੇ ਹਾਂ ਕਿ ਇਹ ਪਰੰਪਰਾ ਹੈ ਐਟਲੈਂਟਿਸ ਦੇ ਸੱਭਿਆਚਾਰਕ ਤਜਰਬੇ ਦੇ ਪਹਿਲੇ ਭਾਗ ਦਾ ਜੀਵਨ ਕਾਲ ਲਗਭਗ 70 ਤੋਂ 140 ਸਾਲ ਤੱਕ ਦਾ ਸੀ ਪਰ ਤਾਕਤ ਦੀ ਇੱਛਾ ਵਧਨ ਕਾਰਨ ਸਭਿਅਤਾ ਦੇ ਬਾਅਦ ਵਾਲੇ ਚਰਨਾ ਵਿੱਚ ਜੀਵਨ ਕਾਲ ਤੇਜ਼ੀ ਨਾਲ ਘਟ ਗਿਆ ਅਤੇ ਇਸ ਲਈ ਇਲਾਜ ਅਤੇ ਫਿਰ ਤੋਂ ਜਵਾਨ ਹੋਣ ਦੀ ਜਾਣਕਾਰੀ ਦੀ ਮੰਗ ਕੀਤੀ ਗਈ